स्वागत है ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਿਲਾਈ ਸੈਂਟਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਕਮੀਜ਼ ਦੀ ਵੀਡੀਓ ਅੱਜ ਆ ਕਮੀਜ਼ ਦੀ ਕਟਾਈ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਕਰਦੇ ਆ ਦੇਖੋ ਕਮੀਜ਼ ਦੀ ਕਟਾਈ ਆਪਾਂ ਪਹਿਨਾ ਵੀ ਪਾਈ ਹੋਈ ਆ ਇਹ ਜਿਹੜਾ ਕਮੀਜ਼ ਆ ਇਹ ਕਾਟਨ ਦਾ ਕਮੀਜ਼ ਆ ਦੇਖੋ ਇਹਦੇ ਇਸ ਤਰ੍ਹਾਂ ਹੀ ਪ੍ਰਿੰਟ ਆਉਂਦੇ ਆਗੇ ਨਾਲੇ ਨੀਚੇ ਬਾਰਡਰ ਆਉਂਦਾ ਉੱਪਰ ਪੱਟੀ ਆਉਂਦੀ ਆ ਇਹ ਆਪਾਂ ਨੂੰ ਮੁਸ਼ਕਲ ਇਹ ਆਉਂਦੀ ਆ ਬਣਾਉਣ 'ਚ ਦੇਖੋ ਜਿਹਦੀ ਤਾਂ ਲੰਬਾਈ ਵੱਧ ਹੁੰਦੀ ਆ ਉਹ ਤਾਂ ਸੈੱਟ ਆ ਜਾਂਦਾ ਜਿਹਦੀ ਲੰਬਾਈ ਘੱਟ ਹੁੰਦੀ ਆ ਉਹਦੇ ਪ੍ਰੋਬਲਮ ਆਉਂਦੀ ਆ ਜਿਹੜੀ ਇਹ ਪੱਟੀ ਆ ਇਹ ਵਾਲੀ ਦੇਖੋ ਕੱਟੀ ਜਾਂਦੀ ਆ ਇਹ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਜਿਹੜੀ ਪੱਟੀ ਆ ਇਹ ਕਿਸ ਤਰ੍ਹਾਂ ਰਹਿ ਜੇ ਉਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਹੁਣ ਇਹਦੀ ਕਟਾਈ ਕਰਕੇ ਦੱਸੀਏ ਵੀ ਕਿਸ ਤਰ੍ਹਾਂ ਇਹਦੀ ਕਟਾਈ ਕਰੀ ਜਾਂਦੀ ਆ ਇਹ ਦੇਖੋ ਕਮੀਜ਼ ਦੀ 40 ਲੰਬਾਈ ਆ 40 ਲੰਬਾਈ ਆ 40 ਦਾ ਆਪਾਂ 40.5 ਲਾ ਲਾਂਗੇ ਅੱਧਾ ਇੰਚ ਜ਼ਿਆਦਾ ਲਾਉਣਾ ਆਪਾਂ ਨੇ ਦੇਖੋ ਇਹ ਨਿਸ਼ਾਨ ਆ ਜਿਹੜਾ ਗਲਮਾ ਗਾ ਗਲਮਾ ਇਹਨਾਂ ਦਾ 7 ਇੰਚ ਸਾਈਜ਼ ਆ 7.5 ਇੰਚ ਆਪਾਂ ਲਾ ਲਾਂਗੇ ਆ ਦੇਖੋ ਮਗਰ ਪੱਟੀ ਦੇਖੋ ਕਿੰਨੀ ਰਹਿ ਗਈ ਇਹ 3.5 ਇੰਚ ਰਹਿ ਗਈ ਦੇਖੋ ਪੱਟੀ ਬਿਲਕੁਲ ਖਤਮ ਹੋ ਗਈ ਦੇਖੋ ਇਹਦਾ ਡਿਜ਼ਾਈਨ ਬਿਲਕੁਲ ਖਤਮ ਹੋ ਗਿਆ ਇਹ ਆਪਾਂ ਤੁਹਾਨੂੰ ਹੁਣ ਦੱਸਦੇ ਹਾਂ ਵੀ ਆਪਾਂ ਕਿਸ ਤਰ੍ਹਾਂ ਇਹ ਪੱਟੀ ਰੱਖ ਸਕੀਏ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਤਾਂ ਦੇਖੋ ਆਪਾਂ ਇਹਦੀ ਤੈਅ ਲਾ ਲੈਂਦੇ ਹਾਂ ਚੰਗੀ ਤਰ੍ਹਾਂ ਆ ਦੇਖੋ ਇਹ ਆਪਾਂ ਨੇ ਨਿਸ਼ਾਨ ਲਾ ਲਏ ਚੰਗੀ ਤਰ੍ਹਾਂ ਦੇਖੋ ਸਾਰੇ ਨਿਸ਼ਾਨ ਆਪਾਂ ਨੇ ਲਾ ਲਏ ਨਾਪ ਦੇ ਹਿਸਾਬ ਨਾਲ ਉਸ ਤੋਂ ਬਾਅਦ ਦੇਖੋ ਇਹ ਆਪਾਂ ਨੇ ਜਿਹੜੀ ਪੱਟੀ ਆ ਇਹ ਆਪਣੀ ਉੱਪਰ ਵੱਧ ਗਈ ਦੇਖੋ ਇਹ ਪੱਟੀ ਆਪਣੀ ਉੱਪਰ ਵੱਧ ਗਈ ਇਹ 2.5 ਇੰਚ ਉੱਪਰ ਵੱਧ ਗਈ ਪੱਟੀ ਹੁਣ ਆਪਾਂ ਦੱਸਦੇ ਹਾਂ ਵੀ ਆਪਾਂ ਇਹਦੀ ਕਟਾਈ ਕਿਸ ਤਰ੍ਹਾਂ ਕਰੀਏ ਉਸ ਨੂੰ ਆਪਾਂ ਦੱਸਦੇ ਹਾਂ ਅੱਜ ਆ ਦੇਖੋ ਇਹ ਕਟਾਈ ਆਪਾਂ ਨੇ ਇਸ ਤਰ੍ਹਾਂ ਕਰ ਲਈ ਸਾਰੀ ਇਹ ਉਵੇਂ ਹੀ ਕਟਾਈ ਹੈ ਜਿਵੇਂ ਆਪਾਂ ਪਹਿਲਾਂ ਕਟਾਈ ਕੱਟਦੇ ਹਾਂਗੇ ਕਮੀਜ਼ ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਨੇ ਇੱਥੋਂ ਕੱਟਣਾ ਇਹ ਤੁਸੀਂ ਦੇਖੋ ਵੀ ਆਪਾਂ ਕਿਸ ਤਰ੍ਹਾਂ ਕਟਾਈ ਕਰਾਂਗੇ ਇਹਦੀ ਇਹ ਜਿਹੜੀ ਪੱਟੀ ਆ ਦੇਖੋ ਆਪਾਂ ਇਹਦਾ ਦਬਾ ਲੈਣਾ ਗਾ ਇੰਨਾ ਆਪਾਂ ਨੇ ਦਬਾ ਲੈਣਾ ਗਾ ਦੇਖੋ ਦਬਾ ਲੈ ਕੇ ਦੇਖੋ ਫਿਰ ਆਪਾਂ ਕਟਾਈ ਕਰਾਂਗੇ ਇਹ ਤੁਸੀਂ ਐਂ ਨਾ ਸਮਝਿਓ ਵੀ ਦੇਖੋ ਇੰਨਾ ਦਬਾ ਲੈ ਲਿਆ ਵੀ ਆਪਣਾ ਗਲਾ ਇਹਦੀ ਸੈਟਿੰਗ ਕਿਵੇਂ ਆਊਗੀ ਗਲਾ ਆਪਾਂ ਨੇ 5.5 ਇੰਚ ਲਾਉਣਾ ਗਾ ਇਹ ਆਪਾਂ ਨੇ 2.25 'ਤੇ ਲਾਇਆ ਗਾ ਨਿਸ਼ਾਨ ਆ ਦੇਖੋ ਹੁਣ ਆਪਾਂ ਇੱਥੋਂ ਕੱਟ ਰਹੇ ਹਾਂਗੇ ਆ ਦੇਖੋ ਇਹ ਆਪਾਂ ਨੇ ਹੁਣ ਦੇਖੋ ਕਟਾਈ ਕਰ ਲਈਏ ਆਪਾਂ ਤੁਹਾਨੂੰ ਹੁਣ ਦੱਸਦੇ ਹਾਂ ਵੀ ਇਹ ਕਿਸ ਤਰ੍ਹਾਂ ਸੈੱਟ ਆਊਗਾ ਆ ਦੇਖੋ ਇਹ ਪੱਟੀ ਵੀ ਆਪਣੀ ਵੱਧ ਗਈ 3 ਇੰਚ ਵਾਂਗੂ ਆਪਾਂ ਨੂੰ ਇਹ ਕੱਪੜਾ ਬਚ ਗਿਆ ਆਪਣਾ ਉਸ ਤੋਂ ਬਾਅਦ ਦੇਖੋ ਇੱਥੇ ਆਪਣਾ ਗਲਮਾ ਆਜੂਗਾ ਆਪਾਂ ਤੁਹਾਨੂੰ ਦੁਬਾਰੇ ਨਿਸ਼ਾਨ ਲਾ ਕੇ ਫੇਰ ਦਿਖਾਉਣੇ ਆ ਇੱਥੇ ਆਪਣਾ ਗਲਮਾ ਆਜੂ ਦੇਖੋ 7.5 ਇੰਚ ਆਪਾਂ ਨੇ ਕਟਾਈ ਦਾ ਕਰਨਾ ਗਾ ਇੱਥੇ ਗਲਮਾ ਆ ਗਿਆ ਆਪਣਾ ਉਸ ਤੋਂ ਬਾਅਦ ਦੇਖੋ ਇਹ ਜਿਹੜੀ ਪੱਟੀ ਆ ਇਹ 10 ਇੰਚ ਦੀ ਰਹੇਗੀ 10 ਇੰਚ ਦੀ ਇਹ ਪੱਟੀ ਰਹੇਗੀ ਇਹਨੂੰ ਆਪਾਂ ਜਦੋਂ ਗਲਮਾ ਲਾਵਾਂਗੇ ਜਦੋਂ ਸਮਝ ਲਓ ਆਪਾਂ ਨੇ ਗਲਮਾ ਇਹਦੇ ਉੱਪਰ ਧਰ ਲਿਆ ਬਣਾ ਕੇ ਜਿਵੇਂ ਆਪਾਂ ਧਰਦੇ ਹਾਂਗੇ ਜਦੋਂ ਗਲਮਾ ਇਹਦੇ ਉੱਪਰ ਟਿਕ ਗਿਆ ਆਪਾਂ ਦੇਖੋ ਇਸ ਤਰ੍ਹਾਂ ਕਟਾਈ ਕਰ ਲੈਣੀ ਆ ਆਪਾਂ ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਦਿੰਦੇ ਹਾਂ ਇੱਕ ਆ ਦੇਖੋ ਜਿਵੇਂ ਇਹ ਮੰਨ ਲਓ ਵੀ ਇਹ ਗੋਲ ਗਲਮਾ ਗਾ ਆ ਦੇਖੋ ਇਸ ਤਰ੍ਹਾਂ ਕਟਾਈ ਇਹ ਆਪਾਂ ਤੁਹਾਨੂੰ ਦੇਖੋ ਬੁਕਰਮ ਵਾਲਾ ਗਲਾ ਹੀ ਕੱਟ ਕੇ ਦਿਖਾਤਾ ਕਿਉਂਕਿ ਇਹਦੇ ਨਾਲ ਥੋੜ੍ਹੀ ਜਿਹੀ ਜ਼ਿਆਦਾ ਸਮਝ ਆਉਂਦੀ ਹੈਗੀ ਇਹ ਦੇਖੋ ਇਹਦਾ ਸਾਈਜ਼ ਹੈਗਾ ਜੇ ਆਪਾਂ ਇਹ ਪੱਟੀ ਨਹੀਂ ਕੱਟਦੇ ਸੀ ਦੇਖੋ ਆਪਣੀ
पट्टी जिहड़ी रहिंदी सी सिर्फ पौने चार इंच रहिंदी सी। देखो अपनी पट्टी पौने चार इंच रहिंदी सी, इहदे नाल देखो अपना डिजाइन भी खराब हो जाता। इस करके आपां हुण जिहड़ी अपनी ये पट्टी आ, देखो जदों आपां ने इह गलमा लाता जाने कि कपड़े ते धर के आपां ने इहनूं जड़ता, उस तों बाद देखो ये पट्टी 10 इंच दी आ। ਇਹ 10 इंच ਦੀ ਪੱਟੀ ਦੇਖੋ ਆਪਣੀ ਨਿਕਲ ਆਊਗੀ ਜਦੋਂ ਆਪਾਂ ਨੇ ਗਲਮਾ ਜੜਿਆ। ਇੱਥੋਂ ਆਪਾਂ ਛੱਡ ਲਾਂਗੇ ਦੋਨੀ ਸਾਈਡ, ਇਹਦੀ ਕਟਾਈ ਕਰਕੇ ਜਿਹੜੀ ਇਹ ਵਾਲੀ ਪੱਟੀ ਆ ਇਹ ਦੇਖੋ ਆਪਾਂ ਨੀਚੇ ਧਰ ਲਾਂਗੇ ਇੱਥੇ। ਆਹ ਦੇਖੋ ਆਪਾਂ ਨੀਚੇ ਧਰ ਲਾਂਗੇ, ਦੇਖੋ ਇੱਥੇ ਇਹ ਆਪਣੀ ਪੱਟੀ ਦੇਖੋ ਇੱਥੇ ਆਜੂਗੀ, ਇਹ 10 इंच ਤੇ ਦੇਖੋ ਇੱਥੇ ਪੱਟੀ ਆਜੂਗੀ ਇਸ ਤਰ੍ਹਾਂ। देखो ये पट्टी इत्थे आजूगी, देखो उस तो बाद देखो इस तरह आपां इह जिहड़ा कमीज आ इहनूं आपां सैट कर सकदे हांगे। ये आपां तुहानूं सारा समझाया भी किस तरह आपां इहनूं सैट कर सकदे हां। जे फिर भी कई बार तुहाडे ना समझ च आ सके तां तुसीं कमेंट करके सानूं पुछो, आपां तुहानूं जरूर दसांगे। ਇਹ ਤੁਸੀਂ ਸਾਨੂੰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ ਤਰ੍ਹਾਂ ਇਹ ਵੀਡੀਓ ਲੱਗੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।